ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਅੱਜ ਆਪਾਂ ਤੁਹਾਨੂੰ ਇੱਕ ਨਵਾਂ ਸ਼ੌਂਕ ਕਰਾਉਣ ਜਾ ਰਹੇ ਹਾਂ ਦੇਸੀ ਅਤੇ ਮਲਵਈ ਕਬੂਤਰਾਂ ਦਾ ਦੋਵੇਂ ਤਰ੍ਹਾਂ ਦੇ ਵੀਰ ਹੋਣਾ ਦੇ ਕਬੂਤਰ ਨੇ ਅਤੇ ਇਹ ਜੀ ਪਿੰਡ ਹੈ ਨੰਗਲਵਾਣਾ ਪਿੰਡ ਆ ਇੱਥੇ ਆਪਾਂ ਤੁਹਾਨੂੰ ਇੱਕ ਪਹਿਲਾਂ ਸ਼ੌਂਕ ਕਰਵਾਇਆ ਸੀ ਸ਼ਾਹ ਹੋਣਾ ਦੇ ਵੀ ਇੱਥੇ ਕਬੂਤਰ ਰੱਖੇ ਹੋਏ ਆ ਜਿਹੜੇ ਉਸੇ ਪਿੰਡ ਆਏ ਹਾਂ ਇਹ ਵੀ ਥਰਡ ਫਲੋਰ 'ਤੇ ਤੀਜੀ ਮੰਜ਼ਿਲ 'ਤੇ ਜਿਹੜਾ ਹੈਗਾ ਖੁੱਡਾ ਬਣਾਇਆ ਹੋਇਆ ਜੀ ਅਤੇ ਬਾਈ ਹੁਣੀ ਆਪ ਅਮੈਰੀਕਾ ਨੇ ਰਾਣਾ ਭਾਅ ਜੀ ਅਤੇ ਉਹਨਾਂ ਦਾ ਸ਼ੌਂਕ ਕੀਤਾ ਹੋਇਆ ਵੀਰ ਦੇ ਕਬੂਤਰ ਵਧੀਆ ਨੇ ਚੋਰੀ ਹੋਣ ਦਾ ਖਤਰਾ ਸੀ ਕਿਉਂਕਿ ਚੋਰਾਂ ਦੀ ਜਿਹੜੀ ਹੈਗੀ ਆ ਮਤਲਬ ਕਹਿਣ ਦਾ ਚੋਰੀ ਕਰਨ ਦੀ ਆਦਤ ਨਹੀਂ ਜਾਂਦੀ ਕਿਸੇ ਵੀ ਪਿੰਡ ਵਿੱਚ ਦੇਖ ਲਓ ਕਿਸੇ ਵੀ ਏਰੀਏ ਦੇ ਵਿੱਚ ਦੇਖ ਲਓ ਚੋਰੀ ਜਿਹੜੀ ਹੁੰਦੀ ਆ ਅਤੇ ਆਪਾਂ ਇੱਥੇ ਲਗਾਇਆ ਜੀ ਹੂਟਰ ਸਿਸਟਮ ਅਤੇ ਆਪਾਂ ਤੁਹਾਨੂੰ ਜਿਹੜੇ ਹੈਗੇ ਆ ਵੀਰ ਦੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਆਪਾਂ ਨੂੰ ਇਹੀ ਹੁੰਦਾ ਕਿ ਨਾਲੇ ਅਸੀਂ ਖੁਦ ਸ਼ੌਂਕ ਕਰੀਦਾ ਨਾਲੇ ਯਾਰਾਂ ਦੋਸਤਾਂ ਨੂੰ ਸ਼ੌਂਕ ਕਰਾ ਲਈਦਾ ਜੀ ਬਾਕੀ ਕਬੂਤਰ ਕਿੱਦਾਂ ਦੇ ਨੇ ਵੀਰ ਦੇ ਉਹ ਤੁਸੀਂ ਆਪ ਦੇਖ ਲੈਣਾ ਦੇਖ ਕੇ ਦੱਸਣਾ ਕਿੱਦਾਂ ਦਾ ਲੱਗਦਾ ਸ਼ੌਂਕ ਵੀਰ ਦਾ ਕਾਫੀ ਵਧੀਆ ਕਬੂਤਰ ਨੇ ਜੀ ਦੇਸੀ ਕਬੂਤਰ ਪੁਰਾਣੀਆਂ ਨਸਲਾਂ ਨੇ ਵੀਰ ਹੋਣਾ ਦੇ ਕੋਲ ਅਤੇ ਮਲਵਈ ਕਬੂਤਰ ਜਿਹੜੇ ਹੈਗੇ ਆ ਕੁਝ ਦੇਰ ਤੋਂ ਲਿਆਉਂਦੇ ਨੇ ਵੀਰ ਹੋਣਾ ਨੇ ਇਹ ਵੀਰ ਜੀ ਦਿਖਾਓ ਕਬੂਤਰ ਲਓ ਭਾਈ ਕੱਢ ਕੇ ਦਿਖਾਓ ਹਾਂਜੀ ਇਹ ਦੇਖੋ ਜੀ ਕੁਝ ਬਾਹਰ ਛੱਡੇ ਹੋਏ ਨੇ ਕਬੂਤਰ ਜਿਵੇਂ ਤੁਸੀਂ ਦੇਖ ਸਕਦੇ ਹੋ ਕੁਝ ਖੁੱਡਿਆਂ ਦੇ ਅੰਦਰ ਨੇ ਜੀ ਵਧੀਆ ਉਡਾਣ ਆਉਂਦੀ ਆ ਵੀਰ ਹੋਣਾ ਨੂੰ ਸ਼ੌਂਕ ਬਹੁਤ ਜ਼ਿਆਦਾ ਮਿਹਨਤ ਚੰਗੀ ਕੀਤੀ ਹੋਈ ਕਹਿੰਦੇ ਸੀ ਕਿ ਚੋਰੀ ਨਾ ਹੋ ਜਾਵੇ ਇਸ ਕਰਕੇ ਆਪਾਂ ਹੂਟਰ ਸਿਸਟਮ ਲਗਾਉਣਾ ਜੀ ਆਪਾਂ ਲਗਾ ਦਿੱਤਾ ਹੈ ਅਤੇ ਇਹ ਵੀਰ ਦੇ ਕਬੂਤਰ ਕੁਝ ਖੁੱਡੇ ਦੇ ਵਿੱਚ ਨੇ ਜੀ ਇਹਨਾਂ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਇੱਕ ਇੱਕ ਕਬੂਤਰ ਫੜੋ ਵੀਰੇ ਇੱਕ ਇੱਕ ਕਬੂਤਰ ਫੜੋ ਇੱਕ ਕਬੂਤਰ ਫੜ ਕੇ ਇਹਦਾ ਪਰ ਵੀ ਦਿਖਾਉਣਾ ਆਪਾਂ ਜੀ ਨਾਲ ਇਹ ਦੇਖੋ ਜੀ ਸਾਰੇ ਦਿਨ ਮਲਵਈ ਹੈ ਇਹ ਪੂਰਾ ਪੂਰਾ ਦਿਨ ਕਹਿੰਦੇ ਉੱਡਦਾ ਜੀ ਕਬੂਤਰ ਇਹ ਨਵਾਂ ਪੱਠਾ ਆ ਜੀ ਇਹਨਾਂ ਦਾ ਹਾਂਜੀ ਬਾਸਲਾ ਪਾਈਆਂ ਦਾ ਵੀਰੇ ਇਹਦੇ ਨਾ ਪੰਜੇ ਪਿੱਛੇ ਨੂੰ ਫੜੋ ਭਈਆ ਆਇਸ ਦੇਖੋ ਕਬੂਤਰ ਦੀ ਇਹ ਸਾਰੇ ਸਾਰੇ ਦਿਨ ਉੱਡਦੇ ਇਹ ਕੈਂਚੀ ਦੇ ਕਰਕੇ ਬੈਰੀ ਦੇ ਕਰਕੇ ਇਹਦੇ ਉੱਤੇ ਕੈਂਚੀ ਲੱਗੀ ਇਹਨਾਂ ਲਾਈ ਆਪਾਂ ਬੈਰੀ ਲੈ ਜਾਂਦੀ ਫੜ ਕੇ ਬਹੁਤ ਵਧੀਆ ਜੀ ਦੇਖੋ ਹਾਂਜੀ ਪੰਜੇ ਦਿਖਾ ਦਿਓ ਜੀ ਠੀਕ ਆ ਵੀਰ ਜੀ ਹਾਂਜੀ ਛੱਡ ਦਿਓ ਜੀ ਦੂਸਰਾ ਭਾਜੀ ਬਾਈ ਹੁਣਾਂ ਦੇ ਜੀ ਮਤਲਬ ਜ਼ਿਆਦਾ ਇੰਨੇ ਐਕਸਪਰਟ ਨਹੀਂ ਗੇ ਕੋਈ ਵੀ ਮੇਰਾ ਵੀਰ ਹੈਗਾ ਆ ਗਲਤ ਮਾਇੰਡ ਨਾ ਕਰਿਓ ਅਤੇ ਬਸ ਨਵੇਂ ਰੱਖੇ ਵੀਰ ਇੱਥੇ ਆਉਂਦੇ ਨੇ ਇਹਨਾਂ ਨੂੰ ਸ਼ੌਂਕ ਨਵਾਂ ਹੀ ਪਿਆ ਜੀ ਇਹ ਵੀ ਸਾਰੀ ਸਾਰੀ ਦਿਹਾੜੀ ਉੱਡਦੀ ਭਾਜੀ ਆਹ ਦੇਖੋ ਜੀ ਹਰੀਆਂ ਅੱਖਾਂ ਦਾ ਕਬੂਤਰ ਆ ਕਬੂਤਰੀ ਆ ਕਬੂਤਰੀ ਹੈ ਕਬੂਤਰੀ ਆ ਜੀ ਕਾਫੀ ਵਧੀਆ ਜੀ ਦੇਖੋ ਤੁਹਾਨੂੰ ਜਿਵੇਂ ਕਿਹਾ ਕਿ ਆਪਾਂ ਡਾਕੇ ਰੱਖੇ ਦੇ ਇਹਨੂੰ ਗਰਮੀਆਂ ਦੇ ਵਿੱਚ ਸ਼ੌਂਕ ਕਰਾਵਾਂਗੇ ਤੁਹਾਨੂੰ ਪੂਰਾ ਨੂੰ ਲਗਾਵਾਂਗੇ ਇਹ ਦੇਖੋ ਜੀ ਪਰ ਵੀਰੇ ਪਰ ਖੋਲ ਕੇ ਰੱਖੋ ਜਰਾ ਦਿਖਾਓ ਤੇ ਸਹੀ ਇਹ ਦੇਖੋ ਇਹ ਜੀ ਕਬੂਤਰੀ ਦੇ ਪਰ ਨੇ ਹਰੀਆਂ ਅੱਖਾਂ ਨੇ ਕਾਲੀ ਧੌਣ ਦੀ ਬਹੁਤ ਹੀ ਸੋਹਣੀ ਕਬੂਤਰੀ ਆ ਜੀ ਪੰਜੇ ਦਿਖਾਓ ਵੀਰ ਜੀ ਇਹਦੇ ਪੰਜੇ ਦੇਖੋ ਇਹ ਦੇਖੋ ਜੀ ਪੰਜੇ ਕਬੂਤਰੀ ਦੇ ਠੀਕ ਆ ਵੀਰ ਜੀ ਛੱਡਿਓ ਇਹਨੂੰ ਇੱਕ ਕਬੂਤਰੀ ਦੀ ਇਹ ਦੇਖੋ ਹਾਂਜੀ ਖੜਤ ਵੀ ਬਹੁਤ ਸੋਹਣੀ ਹੈ ਜੀ ਹਾਂਜੀ ਤੇ ਇੱਕ ਛੱਪਿਆ ਮੇਰਾ ਕਬੂਤਰ ਉਹ ਬਾਹਰ ਹੈ ਜਿਹੜੇ ਵੀਰ ਕਬੂਤਰ ਉਡਾਏ ਹੋਏ ਵੀਰ ਹੋਣਾ ਨੇ ਪੰਜ ਪੰਜ ਛੇ ਛੇ ਘੰਟੇ ਕਹਿੰਦੇ ਨਾਰਮਲ ਹੀ ਉੱਡਦੇ ਨੇ ਕਬੂਤਰ ਜੀ ਤੇ ਜਦੋਂ ਕੁਝ ਕਬੂਤਰ ਨੇ ਜਿਹੜੇ ਵੀਰੇ ਸ਼ਾਮ ਤੱਕ ਉੱਡਦੇ ਸਾਰੇ ਨਹੀਂ ਕਹਿ ਰਹੇ ਵੀਰ ਹੋਣੀ ਫਿਰ ਤੁਹਾਨੂੰ ਦੱਸ ਦਿਓ ਕਈ ਵਾਰ ਬੰਦੇ ਕਹਿੰਦੇ ਕਿ ਸਾਰੇ ਵਿੱਚ ਗਲਤ ਕਮੈਂਟ ਕਰਨ ਲੱਗ ਜਾਂਦੇ ਆ ਕੁਝ ਕਬੂਤਰ ਜਿਹੜੇ ਵਿੱਚੋਂ ਇਹ ਆ ਜੀ ਕਰੈਸ਼ੂ ਕਬੂਤਰ ਦੇਖੋ ਚੱਪ ਕਰੈਸ਼ੂਆਂ ਦੇ ਵਿੱਚ ਆ ਜਾਂਦਾ ਹੈਗਾ ਇਹ ਦੇਖੋ ਜੀ ਅੱਖਾਂ ਦੇਖੋ ਲਾਲ ਇਹਦੀਆਂ ਅੱਖਾਂ ਨੇ ਚਿੱਟੀਆਂ ਲਾਲ ਅੱਖਾਂ ਵੀਰੇ ਇਹਦਾ ਪੱਲਾ ਵੀ ਦਿਖਾਓ ਪੱਲਾ ਦੇਖੋ ਇਹ ਦੇਖੋ ਜੀ ਕਬੂਤਰ ਦਾ ਪੱਲਾ ਬਹੁਤ ਸੋਹਣੇ ਠੀਕ ਆ ਵੀਰ ਜੀ ਪੰਜੇ ਵੀ ਇਹਦੇ ਚੈੱਕ ਕਰਵਾ ਦਿਓ ਜੀ ਇਹ ਦੇਖੋ ਜੀ ਵੀਰ ਹੁਣੀ ਜੀ ਘੱਟ ਉਡਾਉਂਦੇ ਨੇ ਹੁਣ ਕਿਉਂਕਿ ਬੈਰੀ ਬਹੁਤ ਜ਼ਿਆਦਾ ਪੈਂਦੀ ਆ ਜੀ ਇਸ ਕਰਕੇ ਜਾਲੀ 'ਚ ਰੱਖੀ ਦੇ ਜਾਲ ਬਹੁਤ ਵਧੀਆ ਲਗਾਇਆ ਹੋਇਆ ਬਾਹਰ ਤੋਂ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਇੱਕ ਕਬੂਤਰ ਹੋਰ ਸਾਡਾ ਹਾਂਜੀ ਕਬੂਤਰ ਦੇਖੋ ਤੁਸੀਂ ਇਹ ਦੇਖੋ ਜੀ ਇਹ ਵੀਰ ਨੇ ਇੱਕ ਕਬੂਤਰ ਫੜਿਆ ਖੱਟੀਆਂ ਅੱਖਾਂ ਦਾ ਖੱਟੀਆਂ ਅੱਖਾਂ ਦਾ ਚਿੱਟੀ ਚੁੰਝ ਦਾ ਦੇਖ ਇਹ ਬੱਚਿਆਂ ਵਾਲਾ ਕਿ ਜਾਂ ਉੜਦਾ ਇਹ ਵੀ ਇਹ ਉੜਦਾ ਇਹ ਕਿੰਨੇ ਕੁ ਘੰਟੇ ਉੜਦਾ ਇਹ 7-8 ਲਾ ਹੀ ਦਿੰਦਾ ਜੇ 7-8 ਘੰਟੇ ਲਾ ਦਿੰਦਾ ਗਰਮੀ ਦੇ ਵਿੱਚ ਜੀ ਬਹੁਤ ਵਧੀਆ ਜੀ ਇਹਦਾ ਪੱਲਾ ਵੀ ਦਿਖਾਓ ਪੱਲਾ ਦੇਖ ਪਰ ਦੇਖੋ ਇਹਦੇ ਪਰ ਬਹੁਤ ਚੌੜੇ ਆ ਜੀ ਕਬੂਤਰ ਦੇ ਇਹ ਦੇਖੋ ਵਧੀਆ ਪਰ ਨੇ ਜੀ ਬਾਈ ਥੋੜੀ ਜੀ ਸੰਭਾਲ ਦਿਆ ਫਰਕ ਰਹਿ ਜਾਂਦਾ ਹੈਗਾ ਆ ਕਿਉਂਕਿ ਬਾਈ ਹੁਣੀ ਆਪ ਨਹੀਂ ਹੈਗੇ ਇਹ ਦੇਖੋ ਜੀ ਬਹੁਤ ਵਧੀਆ ਬਾਈ ਜੀ ਬਾਕੀ ਤੁਹਾਨੂੰ ਪਤਾ ਹੀ ਹੈ ਹਾਂਜੀ ਦੇਖੋ ਵੀਰੇ ਇੱਕ ਡੱਬਾ ਕਬੂਤਰ ਦਿਖਾਣਾ ਉਹ ਡੱਬਾ ਵਿੱਚ ਕਬੂਤਰ ਆ ਕਬੂਤਰੀ ਆ ਹਾਂ ਜਿਹੜਾ ਵਿੱਚ ਆ ਉਹ ਥੱਲੇ ਨੀਚੇ ਹਾਂਜੀ 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 ਕਬੂਤਰੀ ਆ ਇਹ ਦੇਖੋ ਜੀ ਡੱਬੀ ਕਬੂਤਰੀ ਕਿੰਨੀ ਸੋਹਣੀ ਆ ਤੁਹਾਨੂੰ ਦਿਖਾਈਏ ਇਹਦਾ ਸ਼ੌਂਕ ਕਰਾਈਏ
ਇਹ ਦੇਖੋ ਜੀ ਵੀਰ ਦੇ ਕਬੂਤਰ ਬਹੁਤ ਸੋਹਣੇ ਲੱਗੇ ਆਪਾਂ ਨੂੰ ਉਡਾਣ ਵੀ ਠੀਕ ਆ ਜੀ ਕਬੂਤਰਾਂ ਦੀ ਬਾਕੀ ਉਡਾਉਣ ਵਾਲਾ ਉੱਪਰ ਬੰਦਾ ਹੈ ਨਹੀਂ ਕੋਈ ਜੀ ਕਰਦੇ ਹੀ ਜਿਹੜਾ ਨੋਰਮਲ ਸਾਂਭਦੇ ਨੇ ਉਹਨਾਂ ਦੇ ਅਤੇ ਦਾਣਾ ਪਾਣੀ ਵੀ ਉਹੀ ਕਰਦੇ ਨੇ ਪੰਜੇ ਦੇਖੋ ਇਹਦੇ ਉਂਗਲੀ ਲਾਓ ਨਾ ਤਾਂ ਕਰਕੇ ਇਵੇਂ ਇਵੇਂ ਉਂਗਲੀ ਲਾਈ ਦੀ ਆ ਇਹ ਦੇਖੋ ਜੀ ਠੀਕ ਆ ਜੀ ਛੱਡਿਓ ਵੀਰੇ ਇਹਨੂੰ ਇਹ ਦੇਖੋ ਜੀ ਡੱਬੀ ਕਬੂਤਰੀ ਬਹੁਤ ਹੀ ਸੋਹਣੀ ਹੈ ਇੱਕ ਰਹਿ ਗਿਆ ਸਾਰੀ ਦਿਹਾੜੀ ਉੱਡਦਾ ਸੀ ਇਹਨੂੰ ਇਹਨੂੰ ਵੀ ਕੈਂਚੀ ਲਾਈ ਆ ਕਿ ਹੁਣ ਬੈਠ ਕੇ ਡਰ ਬਹੁਤ ਲੱਗਦਾ ਕਬੂਤਰਾਂ ਦਾ ਇਹ ਦੇਖੋ ਜੀ ਇਹ ਇੱਕ ਛਪਿਆਂ ਜਿਹਾਂ ਦੇ ਵਿੱਚੋਂ ਕਬੂਤਰ ਹੈ ਜੀ ਜਾਲਦਾਰਾਂ ਦੇ ਵਿੱਚੋਂ ਇਹਨੂੰ ਕੈਂਚੀ ਲਾਈ ਹੈ ਹੁਣ ਇਹਨੂੰ ਇਸੇ ਕਰਕੇ ਲਾਈ ਹੈ ਇਹ ਵੀ ਲਾਲ ਅੱਖਾਂ ਜੀ ਲਾਲ ਗਈ ਵੀਰ ਜੀ ਅੱਜ ਆਪਾਂ ਦੱਸੀਏ ਵੀਰਾਂ ਨੂੰ ਕਿਉਂਕਿ ਆਪਾਂ ਨਾ ਹਾਂਜੀ ਕਾਫੀ ਇੱਕ ਰਿਜ਼ਲਟ ਦੱਸਣਾ ਜੀ ਇਹ ਕਬੂਤਰ ਜਿਹੜੇ ਜੀ ਲਾਲਗੀ ਅੱਖਾਂ ਦੇ ਵਿੱਚ ਹੁੰਦੀਆਂ ਨਾ ਇਹਨਾਂ ਦੀ ਉਡਾਣ ਵੀਰੇ 100% ਹੁੰਦੀ ਆ ਬਹੁਤ ਲੰਬੀ ਉਡਾਣ ਦੇ ਮਾਲਕ ਹੁੰਦੇ ਨੇ ਖਾਸ ਕਰ ਦੱਸ ਦਈਏ ਕਿ ਉੱਚੇ ਵੀ ਉੱਡਦੇ ਨੇ ਕੁਝ ਵੀਰ ਕਹਿੰਦੇ ਸੀ ਨਾ ਅੱਖਾਂ 'ਚ ਕੀ ਰੱਖਿਆ ਅੱਖਾਂ 'ਚ ਇਹ ਕੁਝ ਰੱਖਿਆ ਇਹਨਾਂ ਦੇ ਕਿ ਇਹਨਾਂ ਦੀ ਜਿਹੜੀ ਉਡਾਣ ਆ ਬਹੁਤ ਜ਼ਿਆਦਾ ਹੁੰਦੀ ਆ ਲਾਲਗੀ ਜਿਹਨਾਂ ਦੀਆਂ ਅੱਖਾਂ 'ਚ ਹੁੰਦੀ ਆ ਚਾਹੇ ਉਹ ਟੈਡੀ ਕਬੂਤਰ ਹੋਵੇ ਚਾਹੇ ਉਹ ਸਫੇਦ ਮਲਵਈ ਕਬੂਤਰ ਹੋਵੇ ਘਰ ਦੀ ਉਡਾਰ ਜੇਕਰ ਜ਼ਿਆਦਾ ਲੈਣੀ ਆ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਲਾਲਗੀ ਹੋਣੀ ਜ਼ਰੂਰੀ ਆ ਕੋਈ ਸ਼ੱਕ ਹੋਵੇ ਕਿਸੇ ਨਾਲ ਇਹ ਆਪਾਂ ਚਿੱਟੀ ਲਾਲ ਅੱਖ ਦੇ ਕਬੂਤਰਾਂ ਦੀ ਗੱਲ ਕਰ ਰਹੇ ਹਾਂ ਉਡਾ ਕੇ ਦੇਖ ਸਕਦਾ ਕੋਈ ਕਹੇ ਝੂਠ ਹੈ ਤਾਂ ਉਡਾ ਕੇ ਦੇਖ ਸਕਦਾ ਜਦੋਂ ਹਾਂਜੀ ਪੰਜੇ ਵੀ ਦੇਖੋ ਜੀ ਇਸ ਕਬੂਤਰ ਦੇ ਬਹੁਤ ਵਧੀਆ ਜੀ ਛੱਡ ਦਿਓ ਵੀਰ ਜੀ ਇਹ ਦੇਖੋ ਜੀ ਇਹ ਫੜੇ ਇੱਕ ਲਾਲ ਸਰਾ ਕਬੂਤਰ ਜੀ ਏਡਾ ਹਾਂਜੀ ਇਹਦੀ ਪੂਛ ਕੱਟੀ ਹੋਈ ਆ ਵੀਰੇ ਪੂਛ ਕੱਟੀ ਮੁੰਡੇ ਨੇ ਕਹਿੰਦਾ ਸੀ ਵੈਰੀ ਪੂਛ ਤੂੰ ਫੜਦੀ ਜ਼ਿਆਦਾ ਅੱਛਾ ਹਾਂਜੀ ਇਸ ਕਰਕੇ ਦੀ ਲੂੰਡੀ ਕਰਤੀ ਇਹਨੂੰ ਤੇ ਹੁਣ ਡਾਵ ਕਰਾਂਗੇ ਸਾਰਾ ਸਾਟ ਕਰਾਂਗੇ ਇਹਨੂੰ ਹੁਣ ਇਹ ਦੇਖੋ ਜੀ ਅੱਖਾਂ ਕਬੂਤਰ ਦੀਆਂ ਦਿਖਾਣੀਆਂ ਤੁਹਾਨੂੰ ਇਹਦੀ ਚੁੰਝ ਫੜੀ ਹੋਈ ਰੇਸ਼ਾ ਹੋਇਆ ਲੱਗਦਾ ਇਹਨੂੰ ਨਹੀਂ ਇੱਦਾਂ ਦੀ ਅੱਖਾਂ ਹੀ ਇੱਦਾਂ ਦੀ ਨਹੀਂ ਨਹੀਂ ਮੂੰਹ ਖੋਲਦਾ ਨਾ ਇਹ ਦੇਖੋ ਜੀ ਜਿਹੋ ਜਿਹਾ ਰੰਗ ਆ ਖੰਭਾਂ ਦਾ ਵੈਸੀ ਜਿਹੜੀ ਇਹਦੀ ਧੌਣ ਆ ਅੱਖਾਂ ਸਾਰਾ ਕੁਝ ਸੇਮ ਹੈ ਜੀ ਠੀਕ ਆ ਵੀਰ ਜੀ ਖੰਭ ਹੈ ਨਹੀਂ ਇਹਦੇ ਛੱਡ ਦਿਓ ਇਹਨੂੰ ਜੀ ਇਹ ਦੇਖੋ ਜੀ ਇਹ ਮੇਰੇ ਵੀਰ ਇੱਕ ਵਾਰ ਤੁਸੀਂ ਅੰਦਰੋਂ ਮੈਂ ਤੁਹਾਨੂੰ ਸਾਰੇ ਕਬੂਤਰਾਂ ਦਾ ਸ਼ੌਂਕ ਕਰਵਾ ਦਿੰਦਾ ਜੀ ਕੁਝ ਕਬੂਤਰਾਂ ਨੇ ਵਿੱਚ ਆਂਡੇ ਵੀ ਰੱਖੇ ਹੋਏ ਨੇ ਇਹ ਦੇਖੋ ਜੀ ਇਹ ਇੱਕ ਲਾਲ ਚੀਨਾ ਕਬੂਤਰ ਜੀ ਬਹੁਤ ਹੀ ਸੋਹਣਾ ਦੇਖੋ ਇਹਦੀਆਂ ਅੱਖਾਂ ਦਾ ਵੀ ਤੁਹਾਨੂੰ ਸ਼ੌਂਕ ਕਰਵਾਉਂਦੇ ਨੇੜੇ ਤੋਂ ਜੀ ਇਹ ਦੇਖੋ ਜੀ ਆਂਡਿਆਂ ਤੇ ਬੈਠੇ ਹੋਏ ਨੇ ਇੱਕ ਚੀਜ਼ ਇਹਨਾਂ 'ਚ ਦੇਖੀਏ ਕਬੂਤਰਾਂ ਦੇ ਵਿੱਚ ਇਹ ਡਰਦੇ ਬਿਲਕੁਲ ਨਹੀਂ ਗਏ ਜੀ ਇਹਨਾਂ ਦੇ ਮੈਂ ਬਿਲਕੁਲ ਕੋਲ ਘੁੰਮ ਰਿਹਾ ਹੈਗਾ ਆ ਤੇ ਆਰਾਮ ਦੇ ਨਾਲ ਆਂਡਿਆਂ ਤੇ ਬੈਠੇ ਹੋਏ ਸੀ ਨਹੀਂ ਤਾਂ ਕਬੂਤਰ ਜਿਹੜੇ ਹੈਗੇ ਆ ਦੇਖ ਕੇ ਉੱਡ ਜਾਂਦੇ ਨੇ ਜੀ ਇਹ ਦੇਖੋ ਜੀ ਬਹੁਤ ਹੀ ਸੋਹਣੇ ਸੋਹਣੇ ਕਬੂਤਰ ਨੇ ਇਹ ਦੇਖੋ ਜੀ ਇੱਕ ਕਬੂਤਰੀ ਆ ਖੱਟੀਆਂ ਅੱਖਾਂ ਦੀ ਜਿਹੜੀ ਪਿੱਛੇ ਨੂੰ ਜਾ ਰਹੀ ਹੈ ਕਬੂਤਰ ਮਾਰ ਰਹੇ ਨੇ ਇਹ ਦੇਖੋ ਜੀ ਬਹੁਤ ਚੰਗੀ ਕਬੂਤਰੀ ਆ ਵਧੀਆ ਕਬੂਤਰ ਨੇ ਵੀਰ ਦੇ ਕੋਲ ਨਸਲਾਂ ਵਾਲੇ ਜ਼ਿਆਦਾ ਮਲਵਈ ਨੇ ਵਿੱਚ ਇੱਥੇ ਹੀ ਇਹ ਦੇਖੋ ਜੀ ਕਬੂਤਰ ਕਾਫੀ ਵਧੀਆ ਵਧੀਆ ਨਸਲ ਦੇ ਬਾਈ ਹੁਣਾਂ ਦੇ ਕੋਲ ਬਾਈ ਹੁਣਾਂ ਨੇ ਆਪਾਂ ਨੂੰ ਬਾਹਰੋਂ ਫੋਨ ਕਰਿਆ ਕਹਿੰਦਾ ਬਾਈ ਵੀ ਸ਼ੌਂਕ ਜ਼ਰੂਰ ਕਰਾਇਓ ਸਾਡੇ ਕਬੂਤਰਾਂ ਦਾ ਮੈਂ ਕਿਹਾ ਜ਼ਰੂਰ ਕਰਾਵਾਂਗੇ ਵਧੀਆ ਲੱਗਦਾ ਜੀ ਨਾਲੇ ਵੀਰਾਂ ਨੂੰ ਨੌਲੇਜ ਮਿਲਦੀ ਹੈ ਇਹਨਾਂ ਚੀਜ਼ਾਂ ਬਾਰੇ ਨਵੇਂ ਖਿਡਾਰੀ ਆਪਣੇ ਹੈਗੇ ਕੁਝ ਨਾ ਕੁਝ ਸਿੱਖਦੇ ਆ ਜੀ ਅਸੀਂ ਵੀ ਵੀਰੇ ਦੇਖੋ ਜਦੋਂ ਪਹਿਲਾਂ ਸੀ ਆਪਾਂ ਨੂੰ ਵੀ ਜ਼ਿਆਦਾ ਨੌਲੇਜ ਨਹੀਂ ਸੀ ਹੌਲੀ ਹੌਲੀ ਦੇਖ ਕੇ ਪੁੱਛ ਕੇ ਫਿਰ ਹੀ ਸਿੱਖੇ ਹਾਂ ਅਤੇ ਆਪਾਂ ਕਾਫੀ ਬੰਦਿਆਂ ਕੋਲ ਥੋੜ੍ਹੀ ਥੋੜ੍ਹੀ ਨੌਲੇਜ ਜਿਹੜੀ ਇਕੱਠੀ ਕਰਦੇ ਰਹਿੰਦੇ ਜਿੰਨੀ ਕੁ ਨੌਲੇਜ ਆਪਾਂ ਨੂੰ ਆਪਾਂ ਤੁਹਾਡੇ ਨਾਲ ਸਾਂਝੀ ਵੀ ਕਰਦੇ ਰਹਿੰਦੇ ਹਾਂ ਜੀ ਜਿਵੇਂ ਮੈਂ ਤੁਹਾਨੂੰ ਅੱਖਾਂ ਦਾ ਦੱਸਿਆ ਲਾਲਗੀ ਬਾਰੇ ਵੀਰੇ 100% ਆ ਰਿਜ਼ਲਟ ਵੀ ਲਿਆ ਗਿਆ ਆ ਉਡਾਏ ਵੀ ਗਏ ਨੇ ਜੀ ਇਹਦੇ ਵਿੱਚ ਕੋਈ ਵੀ ਸ਼ੱਕ ਵਾਲੀ ਗੱਲ ਨਹੀਂ ਹੈਗੀ ਜੀ ਅੱਖਾਂ 'ਚ ਜਿਹੜਿਆਂ ਦੀ ਲਾਲਗੀ ਇਹਨਾਂ ਨੂੰ ਤੁਸੀਂ ਗਰਮ ਕਬੂਤਰ ਵੀ ਮੰਨ ਸਕਦੇ ਉੱਚੇ ਉੱਡਦੇ ਨੇ ਵਧੀਆ ਉਡਾਣ ਦਿੰਦੇ ਨੇ ਜੀ ਇਹ ਨੇ ਕੁਝ ਵੀਰ ਦੇ ਕਬੂਤਰ ਕੁਝ ਬਾਹਰ ਕਬੂਤਰ ਨੇ ਤੁਹਾਨੂੰ ਉਹਨਾਂ ਦਾ ਵੀ ਸ਼ੌਂਕ ਕਰਵਾ ਦਈਏ ਜੀ ਇਹ ਕਬੂਤਰੀ ਦੇਖੋ ਜੀ ਹਰੀਆਂ ਅੱਖਾਂ ਵਾਲੀ ਜਿਹੜੀ ਸੀ ਇਹ ਵੀ ਆ ਕੇ ਆਂਡਿਆਂ 'ਤੇ ਬੈਠ ਗਈ ਆ ਜੀ ਬਿਲਕੁਲ ਕੋਲ ਬੈਠ ਜਾਂਦੇ ਨੇ ਜੀ ਇਹ ਡਰਦੇ ਬਿਲਕੁਲ ਨਹੀਂ ਗੇ ਇਹ ਦੇਖੋ ਜੀ ਇੱਧਰ ਨੀਚੇ ਵੀ ਹੈਗੇ ਨੇ ਜੀ ਇਹਦਾ ਵੀ ਤੁਹਾਨੂੰ ਸ਼ੌਂਕ ਕਰਵਾ ਦਈਏ ਜੀ ਆਂਡੇ ਕਾਫੀ ਕਬੂਤਰੀਆਂ ਨੇ ਰੱਖੇ ਹੋਏ ਨੇ ਜੀ ਇੱਥੇ ਇੱਕ ਇਹ ਦੇਖੋ ਬਹੁਤ ਹੀ ਸੋਹਣੇ ਸੋਹਣੇ ਵੀਰ ਹੋਣਾਂ ਦੇ ਕਬੂਤਰ ਨੇ ਇਹ ਦੇਖੋ ਜੀ ਕਬੂਤਰ ਛੱਪਿਆ ਕਬੂਤਰ
ਇਹ ਵਾਲਾ ਹਾਂਜੀ ਇਹ 7 ਵਜੇ ਜਿਹੜਾ ਉੜਿਆ ਸੀ 4 ਵਜੇ ਉਤਰਿਆ ਇਹ ਦੇਖੋ ਜੀ ਹਾਂਜੀ ਛਪਿਆ ਕਬੂਤਰ 9-10 ਘੰਟੇ ਦੀ ਉਡਾਰ ਦੇ ਗਿਆ ਜੀ ਇਹ ਛਪਿਆ ਹੋਇਆ ਕਬੂਤਰ ਖੱਟੀਆਂ ਅੱਖਾਂ ਨੇ ਜੀ ਇਸ ਕਬੂਤਰ ਦੀਆਂ ਇਹ ਕਰੋ ਮੇਰੇ ਵੀਰ ਸ਼ੌਂਕ ਨਾ ਵੀਰੇ ਛੇੜਨਾ ਕਬੂਤਰਾਂ ਉਹ ਤਾਂ ਦਿਖਾਣੇ ਸੀ ਨਾ ਉੱਪਰ ਬੈਠੇ ਦੀ ਇਹ ਦੇਖੋ ਜੀ ਵੀਰ ਦਾ ਸ਼ੌਂਕ ਕਿੱਦਾਂ ਦਾ ਲੱਗਾ ਜੀ ਦੱਸਣਾ ਜ਼ਰੂਰ ਅਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਇਹਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਜੀ ਬਾਕੀ ਬਾਹਰ ਤੋਂ ਆਪਾਂ ਤੁਹਾਨੂੰ ਜਿਹੜਾ ਹੈਗਾ ਵੀਰ ਦੇ ਕਬੂਤਰਾਂ ਦਾ ਸ਼ੌਂਕ ਕਰਵਾਉਂਦੇ ਹਾਂ ਜੀ ਅਤੇ ਦੱਸ ਦਈਏ ਕਿ ਜਾਲਾ ਵੀ ਬਹੁਤ ਵੱਡਾ ਬਾਈ ਨੇ ਲਾਇਆ ਹੋਇਆ ਜੀ ਨੇੜੇ ਤੋਂ ਤਾਂ ਦਿਖਾਈ ਵੀ ਨਹੀਂ ਦਿੰਦਾ ਜੀ ਇਹ ਦੇਖੋ ਜੀ ਕਾਫੀ ਵੱਡਾ ਜਾਲ ਹੈ ਜੀ ਇਹ ਦੇਖੋ ਇਹ 3 ਮੰਜ਼ਿਲ ਦੇ ਉੱਪਰ ਹੈ ਜੀ ਜਿਵੇਂ ਪਾਕਿਸਤਾਨ ਦੇ ਵਿੱਚ ਟ੍ਰੈਂਡ ਹੈ ਇਵੇਂ ਬਾਈ ਹੁਣਾਂ ਦਾ ਜਾਲ ਹੈ ਜੀ ਤੁਹਾਨੂੰ ਦੱਸ ਦਈਏ ਕਿ ਸ਼ਾਹ ਹੁਣਾਂ ਦਾ ਵੀ ਇੱਥੇ ਜਾਲ ਨੇੜੇ ਹੀ ਹੈ ਜੇਕਰ ਤੁਹਾਨੂੰ ਦਿਖਾਉਂਦੇ ਹਾਂ ਜੀ ਇਹ ਦੇਖੋ ਜਿੱਥੇ ਰਾਊਂਡ ਸਰਕਲ ਬਣਾਇਆ ਹੋਇਆ ਸੀ ਜੀ ਇਹ ਜਾਲ ਵੀ ਇੱਥੋਂ ਕੋਈ 100 ਮੀਟਰ ਦੀ ਦੂਰੀ 'ਤੇ ਆ ਬਿਲਕੁਲ ਨੇੜੇ ਆ ਇਹ ਸ਼ਾਹ ਹੁਣਾਂ ਦੇ ਕਬੂਤਰ ਰੱਖੇ ਹੋਏ ਸੀ ਇੱਥੇ ਕਾਕੂ ਭਾਅ ਜੀ ਜਿਹੜੇ ਨੇ ਪਿੰਡ ਨੰਗਲ ਵਾਣਾ ਜੀ ਬਹੁਤ ਵਧੀਆ ਪਿੰਡ ਹੈ ਬਾਜੀ ਵੀ ਇਸ ਥਾਂ 'ਤੇ ਛੱਡੀ ਗਈ ਸੀ ਅਤੇ ਇਹ ਤੁਹਾਨੂੰ ਦਿਖਾ ਦਈਏ ਇੱਕ ਵਾਰ ਫਿਰ ਕਬੂਤਰ ਜੀ ਬਾਕੀ ਵੀਰ ਦਾ ਸ਼ੌਂਕ ਕਿੱਦਾਂ ਦਾ ਲੱਗਣਾ ਜ਼ਰੂਰ ਦੱਸਣਾ ਜੀ ਨਵੀਂ ਵੀਡੀਓ ਤੁਹਾਡੇ ਵਾਸਤੇ ਛੇਤੀ ਤੋਂ ਛੇਤੀ ਲੈ ਕੇ ਆਵਾਂਗੇ ਜੀ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ